ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਗੁਰਜੋਤ ਸਿੰਘ ਏਕਮ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਾਂ ਆਪਣੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ ਵਿੱਚ, ਜਿਸ ਵਿੱਚ ਅੱਜ ਮੇਰੀ ਮੰਮਾ ਬਣਾਏਗੀ ਚੁੱਕੇ ਆਲੂ, ਕਿਉਂਕਿ ਮੈਨੂੰ ਆਲੂ ਦੀ ਸਬਜ਼ੀ ਬਹੁਤ ਪਸੰਦ ਆ। ਅਤੇ ਆਓ ਵੇਖੀਏ ਮੇਰੀ ਮੰਮਾ ਆਲੂ ਦੀ ਸਬਜ਼ੀ ਕਿਵੇਂ ਬਣਾਏਗੀ। ਕਾਕੇ ਨੂੰ ਸ਼ੇਰ ਦਾ ਗੁੱਛਾ ਚੜਿਆ ਹੋਇਆ ਹੈ। ਚਾਰ ਪਿਆਜ਼ ਲੈ ਰਹੀ ਹਾਂ ਮੈਂ ਇਹਦੇ ਵਾਸਤੇ, ਅਤੇ 6 ਆਲੂ ਲੈ ਰਹੀ ਹਾਂ। ਆਲੂ ਛੋਟੇ ਛੋਟੇ ਜੀ, ਇਸ ਕਰਕੇ ਮੈਂ 6 ਲਏ ਨੇ। ਪੀਲ ਆਫ ਕਰ ਰਹੀ ਹਾਂ ਮੈਂ ਪਹਿਲਾਂ, ਇਹਦੇ ਨਾਲ ਜਿਹੜੀ ਛਿੱਲੜ ਹੁੰਦੀ ਉਹ ਥੋੜ੍ਹੀ ਉਤਰਦੀ ਹੈ, ਜ਼ਿਆਦਾ ਨਹੀਂ ਉਤਰਦੀ ਹੈਗੀ। ਐਵੇਂ ਕਰਕੇ ਮੈਂ ਸਾਰੇ ਆਲੂ ਛਿੱਲ ਲਾਂਗੀ। ਆਲੂ ਛਿੱਲ ਕੇ ਮੈਂ ਵਾਸ਼ ਕਰ ਲੈਣੇ, ਹੁਣ ਆਪਾਂ ਇਹਨੂੰ ਕੱਟਾਂਗੇ। ਕੱਟਣਾ ਕਿਤਰਾ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ। ਹੁਣ ਨਾ ਮੈਂ ਇਹਨੂੰ ਐਵੇਂ ਕੱਟ ਲਾਂਗੀ ਲੰਬਾ ਲੰਬਾ, ਜ਼ਿਆਦਾ ਮੋਟੀ ਨਹੀਂ ਕਰਾਂਗੀ ਮੈਂ, ਪਤਲਾ ਪਤਲਾ। ਠੀਕ ਹੈ, ਐਵੇਂ ਆਪਾਂ ਸਾਰੇ ਆਲੂ ਕੱਟ ਕੇ ਤਿਆਰ ਕਰ ਲਾਂਗੇ। ਸਾਰੇ ਆਲੂ ਕੱਟੇ ਜਾ ਚੁੱਕੇ ਨੇ, ਇਹਨੂੰ ਮੈਂ ਦੁਬਾਰਾ ਵਾਸ਼ ਕਰਾਂਗੀ, ਕਿਉਂਕਿ ਆਲੂਆਂ ਵਿੱਚ ਜਿਹੜੀ ਕਿਰਕੋ ਹੋ ਜਾਂਦੀ ਹੈ ਨਾ, ਅਤੇ ਇਹਨੂੰ ਦੁਬਾਰਾ ਵਾਸ਼ ਕਰਨਾ ਪੈਂਦਾ ਹੈ। ਆ ਦੇਖੋ, ਪਹਿਲਾਂ ਮੈਂ ਵਾਸ਼ ਵੀ ਕੀਤੇ ਹੋਏ ਸੀ, ਪਰ ਕੱਟਣ ਤੋਂ ਬਾਅਦ ਇਹਨੂੰ ਦੁਬਾਰਾ ਵਾਸ਼ ਕਰਨਾ ਪੈਂਦਾ ਹੈ, ਜਿਹੜਾ ਇਹਦਾ ਸਟਾਰਚ ਹੁੰਦਾ ਨਾ ਉਹ ਸਾਰਾ ਨਿਕਲ ਜਾਂਦਾ ਹੈ। ਜੀਰੇ ਨੂੰ ਮੈਂ ਪਹਿਲਾਂ ਭੁੰਨ ਲਾਂਗੀ, ਰੋਸਟ ਕਰਾਂਗੀ ਜੀਰਾ। ਆਧਾ ਚਮਚ ਜੀਰਾ, 1 ਚਮਚ ਧਨੀਆ, ਅਤੇ ਆਧਾ ਚਮਚ ਹੈ ਸੌਂਫ, ਅਤੇ 2 ਜੇ ਲਾਲ ਮਿਰਚਾਂ। ਇਹਨੂੰ ਆਪਾਂ ਪਹਿਲਾਂ ਭੁੰਨ ਲਾਂਗੇ। ਜੋ ਇਹ ਸੁੱਕੇ ਆਲੂ ਬਣਦੇ, ਵੈਸੇ ਤਾਂ ਜੀਰਾ ਦਾ ਤੜਕਾ ਲਾ ਕੇ ਅਤੇ ਬਸ ਐਵੇਂ ਬਣਾ ਲੈਂਦੇ ਨੇ ਨਾ, ਜੋ ਐਵੇਂ ਦੇ ਸੁੱਕੇ ਆਲੂ ਤੁਸੀਂ ਬਣਾਓਗੇ ਨਾ ਘਰੇ, ਬਹੁਤ ਸਵਾਦ ਲੱਗਣਗੇ, ਅਤੇ ਬੱਚੇ ਬਾਰ ਬਾਰ ਡਿਮਾਂਡ ਕਰਨਗੇ ਕਿ ਸਾਨੂੰ ਇਹ ਆਲੂ ਚਾਹੀਦੇ ਨੇ ਬਾਰ ਬਾਰ। ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਸੁੱਕੇ, ਜੋ ਖੁਸ਼ਬੂ ਆਉਣ ਲੱਗ ਜੇ ਉਹਦੇ ਨੂੰ ਥੱਲੇ ਉਤਾਰ ਲੈਣਾ, ਕਿਉਂਕਿ ਜੀਰਾ ਰੋਸਟ ਹੋਏਗਾ ਨਾ ਤਾਂ ਜ਼ਿਆਦਾ ਵਧੀਆ ਟੇਸਟ ਦੇਗਾ। ਹੁਣ ਇਹਨੂੰ ਮੈਂ ਮਸਾਲੇ ਨੂੰ ਪੀਸ ਲਾਂਗੀ। ਮੈਂ ਮਸਾਲਾ ਪੀਸ ਲਿਆ, ਜ਼ਿਆਦਾ ਨਹੀਂ ਬਰੀਕ ਕੀਤਾ, ਹਲਕਾ ਦਰਦਰਾ ਰੱਖਿਆ। ਫਰਾਈ ਪੈਨ ਮੈਂ ਦੁਬਾਰਾ ਗਰਮ ਹੋਣ ਰੱਖਤੀ ਹੈ, ਅਤੇ ਇਹਦੇ 'ਚ ਮੈਂ ਤੇਲ ਪਾ ਦਾਂਗੀ ਪਹਿਲਾਂ। ਰਾਈਸ ਬ੍ਰੈਨ ਆਇਲ ਹੈ, ਤੁਸੀਂ ਆਪਣੀ ਮਰਜ਼ੀ ਦਾ ਤੇਲ ਲੈ ਸਕਦੇ ਹੋ। ਤੇਲ ਹੋ ਚੁੱਕਿਆ ਗਰਮ, ਅਤੇ ਆਪਾਂ ਪਹਿਲਾਂ ਆਲੂ ਨੂੰ ਫਰਾਈ ਕਰਾਂਗੇ। ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਆਪਾਂ ਪਹਿਲਾਂ, ਸਾਰੇ ਤੋਂ ਪਹਿਲਾਂ ਆਲੂ ਨੂੰ ਫਰਾਈ ਕਰਨਾ, ਇਸ ਕਰਕੇ ਜਿਹੜਾ ਮੈਂ ਤੇਲ ਜ਼ਿਆਦਾ ਲਿਆ ਸੀ। ਇਹਨੂੰ ਗੋਲਡਨ ਬਰਾਊਨ ਕਰਾਂਗੇ ਆਪਾਂ। ਗੋਲਡਨ ਹੋ ਗਏ ਨੇ, ਫਿਰ ਹਲਕਾ ਜਿਹਾ ਹੋਰ ਕਰਾਂਗੇ ਇਹਨੂੰ ਮੈਂ ਫਰਾਈ। ਹੁਣ ਆਲੂ ਫਰਾਈ ਹੋ ਚੁੱਕੇ ਨੇ, ਅਤੇ ਮੈਂ ਇਹਨੂੰ ਪਲੇਟ 'ਚ ਕੱਢ ਲਾਂਗੀ। ਹੁਣ ਤੇਲ ਨੂੰ ਮੈਂ ਦੁਬਾਰਾ ਗਰਮ ਕਰਾਂਗੀ, ਅਤੇ ਇਹਦੇ ਵਿੱਚ 2 ਮਿਰਚਾਂ ਛੱਡ ਦਾਂਗੀ ਪਹਿਲਾਂ। ਮਿਰਚਾਂ ਆਪਾਂ ਕਰ ਲਾਂਗੇ ਲਾਲ, ਨਾਲੇ ਪਾ ਦਾਂਗੇ ਪਿਆਜ਼।
ਪਰ ਮੈਂ ਇਹਦੇ ਵਿੱਚ ਹਰੀ ਮਿਰਚ ਲੰਬੇ ਲੰਬੇ ਕੱਟੇ ਹੋਏ ਸੀ ਉਹ ਪਾ ਦਾਂਗੀ। ਇੱਥੇ ਕਲਰਫੁਲ ਵੀ ਬਣੇਗੀ ਕਿਉਂਕਿ ਜਿਹੜੀ ਆ ਹਰੀਆਂ ਮਿਰਚਾਂ ਨਾ ਮੈਂ ਪੀਸ ਕੇ ਨਾ ਜਾਂ ਫਿਰ ਛੋਟੀ ਛੋਟੀ ਕੱਟ ਕੇ ਨਹੀਂ ਲੰਬੀਆਂ ਕੱਟ ਰਹਿੰਦੀ ਆ, ਡਾਰਕ ਲੁੱਕ ਵੀ ਬਹੁਤ ਵਧੀਆ ਆਉਣ ਵਾਲੀ ਹੈ। ਮੈਂ ਹਮੇਸ਼ਾ ਹਰ ਵੀਡੀਓ ਵਿੱਚ ਕਹਿੰਦੀ ਹਾਂ ਲੁੱਕ ਪ੍ਰੈਫਰ ਕਰਦੀ ਹੈ, ਸਵਾਦ ਦੇ ਨਾਲ ਨਾਲ ਲੁੱਕ ਵੀ ਪ੍ਰੈਫਰ ਕਰਦੀ ਹੈ। ਗੋਭੀ ਵਾਲੇ ਜਿਹੜੀ ਜਦ ਮੈਂ ਪੁਲਾਓ ਬਣਾਇਆ ਸੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਵਾਂਗੀ। ਜਦ ਗੋਭੀ ਦਾ ਪੁਲਾਓ ਬਣਾਇਆ ਸੀ ਨਾ ਇੰਨੀ ਸੋਹਣੀ ਖੁਸ਼ਬੂ ਸੀ ਨਾ ਪੂਰੇ ਵਿਹੜੇ 'ਚ ਖੁਸ਼ਬੂ ਫੈਲ ਗਈ ਸੀ, ਅਤੇ ਜਦੋਂ ਅੰਦਰ ਬੈਠ ਕੇ ਖਾ ਰਹੇ ਸੀ ਉਦੋਂ ਵੀ ਪੂਰੇ ਕਮਰੇ 'ਚ ਜਿਹੜੀ ਥੋੜ੍ਹਾ ਜਿਹੀ ਖੁਸ਼ਬੂ ਹੋ ਗਈ ਸੀ। ਉਹ ਤੁਸੀਂ ਜ਼ਰੂਰ ਟਰਾਈ ਕਰਨਾ, ਔਰ ਉਹਦੇ ਵਿੱਚ ਕੋਈ ਜ਼ਿਆਦਾ ਮੈਂ ਮਸਾਲੇ ਵੀ ਨਹੀਂ ਪਾਏ ਸੀ, ਅਤੇ ਉਹ ਤੁਸੀਂ ਜ਼ਰੂਰ ਟਰਾਈ ਕਰਨਾ, ਬਹੁਤ ਬਹੁਤ ਵਧੀਆ। ਹੁਣ ਜਿਹੜੇ ਆਲੂ ਸੀ ਮੈਂ ਗੋਲਡਨ ਬਰਾਊਨ ਕੀਤੇ ਹੋਏ ਸੀ, ਉਹਨਾਂ ਨੂੰ ਵਿੱਚ ਪਾ ਦਾਂਗੀ। ਹੁਣ ਉਹ ਵੀ ਮਸਾਲਾ ਪਾ ਦਾਂਗੀ ਜਿਹੜਾ ਮੈਂ ਤਿਆਰ ਕੀਤਾ ਹੋਇਆ ਸੀ। ਜਿਹੜਾ ਮਸਾਲਾ ਪਾਉਣਾ ਹੈ ਜਿਹੜਾ ਫਲੇਵਰ ਹੈ ਉਹ ਹੋਰ ਵੀ ਜ਼ਿਆਦਾ ਵੱਧ ਜਾਂਦਾ। ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ। ਆਧਾ ਚਮਚ ਮੈਂ ਹਲਦੀ ਪਾ ਦਾਂਗੀ, ਪੌਣਾ ਕੁ ਚਮਚ ਨਮਕ ਦਾ ਲਵਾਂਗੀ, ਨਮਕ ਘਾਟੇ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ, ਅਤੇ ਥੋੜ੍ਹੀ ਜਿਹੀ ਲਾਲ ਮਿਰਚ ਲਵਾਂਗੀ ਕਲਰ ਵਾਸਤੇ, ਥੋੜ੍ਹਾ ਜਿਹਾ ਧਨੀਆ ਪਾਊਡਰ ਲਵਾਂਗੀ। ਸਾਨੂੰ ਸਾਰਿਆਂ ਨੂੰ ਕਰ ਲਾਂਗੀ ਮਿਕਸ। ਜੋ ਘਰ ਕੋਈ ਸਬਜ਼ੀ ਨਾ ਹੋਵੇ ਚਾਹ ਵਾਲੀ ਸਬਜ਼ੀ ਤੁਸੀਂ ਘਰੇ ਟਰਾਈ ਕਰਨਾ, ਬਹੁਤ ਸਵਾਦ ਲੱਗਣ ਵਾਲੀ ਸਬਜ਼ੀ। ਥੋੜ੍ਹਾ ਜਿਹਾ ਮੈਂ ਜੋ ਉੱਤੇ ਧਨੀਆ ਛਿੜਕ ਦਾਂਗੀ, ਹੁਣ ਦੋ ਤਿੰਨ ਮਿੰਟ ਵਾਸਤੇ ਮੈਂ ਇਹਨੂੰ ਕੱਟ ਕੇ ਪਕਾਵਾਂਗੀ ਤਾਂ ਕਿ ਜਿਹੜੇ ਮਸਾਲੇ ਨੇ ਉਹ ਸਾਰੇ ਅੰਦਰ ਤੱਕ ਆਲੂ ਵਾਲੇ ਚਲੇ ਜਾਣ, ਤਾਂ ਕਿ ਜਿਹੜੇ ਮਸਾਲੇ ਨੇ ਅੰਦਰ ਤੱਕ ਆਲੂ ਵਾਲੇ ਚਲੇ ਜਾਣ ਔਰ ਆਪਣੀ ਖੁਸ਼ਬੂ ਵੀ ਛੱਡ ਦੇਣ। ਦੋ ਤਿੰਨ ਮਿੰਟ ਹੋ ਗਏ ਨੇ ਸਬਜ਼ੀ ਪੱਕਦੇ ਹੋਏ, ਹੁਣ ਮੈਂ ਢੱਕਣਾ ਹਟਾ ਕੇ ਦੇਖਾਂਗੀ। ਦੇਖੋ ਕਿੰਨੇ ਥੋੜ੍ਹੇ ਕਿਹੜੇ ਕਿਹੜੇ ਜਿਹੜੇ ਆਲੂ ਬਣੇ ਨੇ ਔਰ ਸਾਰੇ ਮਸਾਲੇ ਵੀ ਮਿਕਸ ਹੋ ਗਏ ਵਧੀਆ ਤਰ੍ਹਾਂ। ਜਿਹੜੀ ਹੈ ਆਲੂ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਥੋੜ੍ਹਾ ਜਿਹਾ ਹੋਰ ਤਾਂ ਨਹੀਂ ਹੈ ਇਹਦੇ ਉੱਤੇ ਪਤਾ। ਹੁਣ ਜਿਹੜੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਕਰੋ, ਸ਼ੇਅਰ ਕਰੋ, ਨਾਲ ਕਮੈਂਟ ਕਰੋ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਜਦੋਂ ਤੁਸੀਂ ਸੁੱਕੇ ਆਲੂ ਮੇਰੇ ਸਟਾਈਲ ਨਾਲ ਘਰੇ ਟਰਾਈ ਕੀਤੇ ਤਾਂ ਕਿਸ ਤਰ੍ਹਾਂ ਦੇ ਬਣੇ, ਅਤੇ ਤੁਹਾਡੇ ਕਾਕਿਆਂ ਨੂੰ ਕਿੰਨੇ ਕੁ ਪਸੰਦ ਆਏ। ਮੇਰੇ ਕਾਕੇ ਨੂੰ ਆਲੂ ਬੜੇ ਪਸੰਦ ਨੇ, ਅਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ ਔਰ ਸ਼ੇਅਰ ਵੀ ਜ਼ਰੂਰ ਕਰਨਾ ਹੈ ਵਟਸਐਪ 'ਤੇ ਅਤੇ ਫੇਸਬੁੱਕ 'ਤੇ ਔਰ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆ ਕਰੋ ਜ਼ਰੂਰ, ਅਤੇ ਜਿਨ੍ਹਾਂ ਦੇ ਪੇਜ ਹੈਗਾ ਉਹ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ। ਬਾਰ ਬਾਰ ਰਿਕੁਐਸਟ ਕਰਦੀ, ਪਤਾ ਨਹੀਂ ਤੁਸੀਂ ਕਿਉਂ ਨਹੀਂ ਸੁਣਦੇ ਹੈਗੇ ਕਿ ਤੁਹਾਨੂੰ ਕਾਕਾ ਵੀ ਹੁਣ ਤਾਂ ਕਾਕਾ ਵੀ ਕਹਿੰਦਿਆ ਹਾਂ ਸਬਸਕ੍ਰਾਈਬ ਵੀ ਅਤੇ ਨਾਲੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ। ਜਿਹੜੇ ਨਵੇਂ ਵਿਊਅਰ ਨੇ ਉਹਨਾਂ ਵਾਸਤੇ ਮੈਂ ਕਹਿ ਰਹੀ ਹਾਂ ਉਹ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਨਾਲ, ਤੁਸੀਂ ਮੇਰੇ ਨਾਲ ਫੇਸਬੁੱਕ ਪੇਜ 'ਤੇ ਜੋੜ ਸਕਦੇ ਹੋ ਅਤੇ ਮੈਸੈਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ। ਹੁਣੇ ਮੈਂ ਇੰਸਟਾਗ੍ਰਾਮ 'ਤੇ ਵੀ ਆਪਣਾ ਅਕਾਊਂਟ ਬਣਾ ਲਿਆ ਪੰਜਾਬੀ ਵਿਲੇਜ ਫੂਡ ਫੈਕਟਰੀ ਦੇ ਨਾਮ ਤੋਂ, ਅਤੇ ਉੱਥੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ। ਥੈਂਕ ਯੂ ਸਰਦਾਰ ਜੀ, ਤੁਸੀਂ ਕਹਿ ਦਿਓ ਕਿ ਸਤਿ ਸ਼੍ਰੀ ਅਕਾਲ ਜੀ।
ਮੈਂ ਦੁਬਾਰਾ ਸਤਿ ਸ਼੍ਰੀ ਅਕਾਲ ਕਹਿੰਦਾ ਵਾ ਸਾਲਿਆਂ ਨੂੰ ਤੁਹਾਨੂੰ, ਅਤੇ ਮੈਂ ਛੋਟਾ ਜਿਹਾ ਕਾਕਾ ਵਾਂ, ਮੇਰੇ ਘਰ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ, ਨਾਲੇ ਲਾਈਕ ਵੀ ਕਰਿਆ ਕਰੋ। ਕੌਣ ਹੀ ਕਰਦੇ ਹੈਗੇ ਦੱਸੋ, ਕੌਣ ਹੀ ਕਰਦੇ? ਲਵ ਯੂ, ਲਵ ਯੂ, ਬਾਏ ਬਾਏ, ਬਾਏ ਬਾਏ। ਇੱਦਾਂ 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 ਕਹੀਦਾ।